strong. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੇ ਐਮ ਜੀ ਵਲੋਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਗਾਰਲਿਕ ਮਸ਼ਰੂਮ। ਇਹ ਹੈਗੀ ਇੱਕ ਸਟਾਰਟਰ ਸਬਜ਼ੀ ਟਾਈਪ ਚੀਜ਼ ਹੈ ਅਤੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਅਤੇ ਉਸ ਮੈਨੂੰ ਤਾਂ ਜ਼ਿਆਦਾ ਪਸੰਦ ਹੈ ਕਿਉਂਕਿ ਇਹ 'ਚ ਹਾਈ ਇਨ ਵਿਟਾਮਿਨ ਡੀ ਹੈ। ਤਾਂ ਇੱਥੇ ਸਾਡੇ ਯੂਕੇ 'ਚ ਇੰਨੀ ਧੁੱਪ ਨਹੀਂ ਨਿਕਲਦੀ, ਸੋ ਵਿਟਾਮਿਨ ਡੀ ਸਾਡੀ ਬੋਡੀ ਵਾਸਤੇ ਵਧੀਆ ਅਤੇ ਥੋੜ੍ਹਾ ਨੈਚੁਰਲ ਸੋਰਸ ਹੈ, ਗੋਲੀਆਂ ਨਾਲ ਥੋੜ੍ਹਾ ਵਧੀਆ ਆ। ਅਤੇ ਹੁਣ ਅਸੀਂ ਆਪਣੇ ਸਾਰੀਆਂ ਚੀਜ਼ਾਂ ਤਿਆਰ ਕਰ ਲੈਂਦੇ ਹਾਂ, ਇਹਨੂੰ ਆਪਣੇ ਪਿਆਜ਼, ਗਾਰਲਿਕ ਸਾਰਾ ਕੁਛ, ਅਤੇ ਫਿਰ ਅਸੀਂ ਤੁਹਾਨੂੰ ਮਿਲਦੇ ਹਾਂ। ਗਾਇਜ਼, ਅਸੀਂ ਆਪਣੇ ਸਾਰੇ ਇੰਗਰੀਡੀਐਂਟ ਰੈਡੀ ਕਰ ਲਏ ਆ ਅਤੇ ਆਪਣਾ ਸਾਰਾ ਕੁਛ ਕੱਟ ਲਿਆ ਅਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ। ਸੋ ਅਸੀਂ ਪਹਿਲਾ ਸਟੈਪ ਹੈਗਾ, ਅਸੀਂ 100 ਗ੍ਰਾਮ ਬਟਰ ਨੂੰ ਮੈਲਟ ਕਰਨਾ ਆ ਅਤੇ ਔਲਸੋ ਜਦੋਂ ਇਹ ਮੈਲਟ ਹੋ ਗਿਆ ਤਾਂ ਅਸੀਂ 2 ਟੇਬਲ ਸਪੂਨ ਪਾਉਣੇ ਆ ਵੈਜੀਟੇਬਲ ਓਇਲ ਦੇ। ਇਹ ਤੁਸੀਂ ਹੁਣ ਵੀ ਪਾ ਸਕਦੇ ਹੋ, ਲਾਈਕ ਹੋ ਗਿਆ ਦੇਖੋ, ਇਹਨੂੰ ਅਸੀਂ ਮੈਲਟ ਕਰਨਾ ਆ। ਗਾਇਜ਼, ਸਾਡਾ ਬਟਰ ਮੈਲਟ ਹੋ ਗਿਆ ਅਤੇ ਹੁਣ ਅਸੀਂ ਆਪਣੇ ਇਹ 'ਚ ਪਿਆਜ਼ ਪਾ ਦੇਣੇ ਆ। ਅਸੀਂ ਇੱਕ ਮੀਡੀਅਮ ਪਿਆਜ਼ ਯੂਜ਼ ਕਰਨ ਲੱਗੇ ਹਾਂ, ਰੈੱਡ ਵਾਲਾ, ਅਤੇ ਜਦੋਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਤਾਂ ਸਾਨੂੰ ਰੈੱਡ ਪਸੰਦ ਹੈ ਅਤੇ ਇਹਨੂੰ ਅਸੀਂ ਹੁਣ ਫਰਾਈ ਕਰਨਾ ਆ, ਇਹਨੂੰ ਨਾਈਸ ਕਲਰ ਆਉਣਾ ਚਾਹੀਦਾ। ਸੋ ਗਾਇਜ਼, ਸਾਡਾ 1 ਮਿੰਟ ਹੋ ਗਿਆ ਇਹਨੂੰ ਕੁੱਕ ਹੁੰਦੇ ਨੂੰ, ਫਰਾਈ ਹੁੰਦੇ ਨੂੰ, ਅਤੇ ਹੁਣ ਅਸੀਂ ਆਪਣੀ ਮਸ਼ਰੂਮ ਪਾ ਦਿੰਦੇ ਹਾਂ। ਅਸੀਂ 450 ਗ੍ਰਾਮ ਯੂਜ਼ ਕਰਦੇ ਪਏ ਮਸ਼ਰੂਮ, ਅਤੇ ਥੋੜ੍ਹੇ ਵੱਡੇ ਸੀਗੇ ਤਾਂ ਅਸੀਂ ਇਹਦੇ 4 ਜਾਂ 5 ਪੀਸ ਕੱਟਦੇ। ਕੋਈ ਤੁਹਾਡੇ ਛੋਟੇ ਛੋਟੇ ਮਸ਼ਰੂਮ ਆ ਤੁਸੀਂ ਫੁੱਲ ਪਾ ਸਕਦੇ ਹੋ, ਮੀਡੀਅਮ ਸਾਈਜ਼ ਦੇ ਕੋਈ ਹਾਫ ਕਰ ਸਕਦੇ ਹੋ, ਨਾ ਥੋੜ੍ਹੇ ਚੰਗੀ ਪੀਸ ਹੋਣੇ ਚਾਹੀਦੇ ਆ ਕਿਉਂਕਿ ਬਾਅਦ 'ਚ ਇੰਨਾ ਸ਼ਰਿੰਕ ਹੋ ਜਾਂਦੇ ਆ, ਹੁਣ ਇਹਨਾਂ ਨੂੰ ਅਸੀਂ ਥੋੜ੍ਹੇ ਜਿਹਾ ਕੁੱਕ ਕਰਨਾ ਆ। ਸੋ ਗਾਇਜ਼, ਸਾਡੀ ਮਸ਼ਰੂਮ ਥੋੜ੍ਹੀਆਂ ਨਰਮ ਹੋ ਗਈਆਂ ਆ ਅਤੇ ਥੋੜ੍ਹੀ ਪਾਣੀ ਵਿਛਾੜ ਗਏ ਕਿਉਂਕਿ ਅਸੀਂ ਧੋਤੀਆਂ ਸੀ ਅਤੇ ਅਸੀਂ ਇਹਨੂੰ ਡਰਾਈ ਕਰਨ ਨੂੰ ਜ਼ਿਆਦਾ ਟਾਈਮ ਨਹੀਂ ਦਿੱਤਾ। ਹੁਣ ਅਸੀਂ ਵਿਚਕਾਰ ਥੋੜ੍ਹੀ ਜਿਹੀ ਜਗ੍ਹਾ ਬਣਾ ਕੇ ਅਤੇ ਅਸੀਂ ਇਹ 'ਚ ਆਪਣਾ ਗਾਰਲਿਕ ਵੀ ਕੁੱਕ ਕਰ ਲੈਣਾ ਆ ਅਤੇ ਅਸੀਂ 1 ਫੁੱਲ ਯੂਜ਼ ਕਰਦੇ ਪਏ ਆ ਪੀਸ ਗਾਰਲਿਕ, ਤਾਂ 15 ਹੋਣੇ ਆ ਵਿੱਚ ਕਲੋਵਸ, ਅਤੇ ਇਹਨੂੰ ਅਸੀਂ ਕੁੱਕ ਕਰ ਦਿੰਦੇ ਹਾਂ ਹੁਣ। ਸੋ ਗਾਇਜ਼, ਸਾਡੇ ਹੋ ਗਿਆ ਗਾਰਲਿਕ ਕੁੱਕ ਅਤੇ ਹੁਣ ਅਸੀਂ ਇਹ 'ਚ 1 ਚਮਚਾ ਵਿਨੇਗਰ ਦਾ ਪਾਉਣਾ ਆ। ਅਸੀਂ ਵਾਈਟ ਵਿਨੇਗਰ ਯੂਜ਼ ਕਰਦੇ ਪਏ ਹਾਂ ਅਤੇ ਨਾ ਥੋੜ੍ਹਾ ਇੰਨਾ ਫਲੇਵਰ ਆ ਜਾਂਦਾ ਖੱਟਾਪਨ ਜਿਹਾ, ਅਤੇ ਅਸੀਂ ਇਹਨੂੰ ਕੁੱਕ ਕਰਨਾ ਥੋੜ੍ਹੇ ਆ। ਸੋ ਗਾਇਜ਼, ਹੁਣ ਅਸੀਂ ਇਹ 'ਚ ਬਲੈਕ ਪੈਪਰ ਪਾਉਂਗੇ, ਅਸੀਂ ਖੁਦ ਕੁੱਟਿਆ ਸੀਗਾ, ਸਿਰਫ ਥੋੜ੍ਹੇ ਵੱਡੇ ਵੱਡੇ ਪੀਸ ਨੇ, ਅਤੇ ਇਹਨਾਂ ਥੋੜ੍ਹਾ ਸਕਿਨ ਕਾਜੂ ਵੀ ਸਪਾਈਸੀ, ਅਤੇ ਇਹਨੂੰ ਦੇਖੋ ਸਾਡਾ ਪਾਣੀ ਸੁੱਕ ਗਿਆ ਆ ਅਤੇ ਇਹਨੂੰ ਅਸੀਂ ਕੁੱਕ ਕਰਨਾ। ਸੋ ਹੁਣ ਅਸੀਂ ਇਹ 'ਚ 1 ਚਮਚਾ ਪਾਉਂਗੇ ਉਹਦਾ ਨਮਕ ਢਾਲ, ਕਿਉਂਕਿ ਅਸੀਂ ਘੱਟ ਤਾਂ ਪਾਉਣਾ ਕਿਉਂਕਿ ਜਿਹੜਾ ਅਸੀਂ ਬਟਰ ਯੂਜ਼ ਕੀਤਾ ਸੀ ਉਹ ਵੀ ਸੋਲਟਡ ਸੀਗਾ, ਅਤੇ ਅਸੀਂ ਇਹ 'ਚ ਸਾਡੇ ਕੋਲ ਫਰੋਜ਼ਨ ਅਸੀਂ ਕੀਤਾ ਸੀ ਧਨੀਆ, ਅਤੇ ਅਸੀਂ ਉਹ ਵੀ ਵਿੱਚ ਪਾ ਲੈਣਾ ਥੋੜ੍ਹਾ ਜਿਹਾ। ਫਰੋਜ਼ਨ ਦੇ ਨਾਲ ਤੁਸੀਂ ਜ਼ਿਆਦਾ ਯੂਜ਼ ਕਰ ਸਕਦੇ, ਪ੍ਰਿਜ਼ਰਵ ਕਰਨ ਦਾ ਬਹੁਤ ਵਧੀਆ ਤਰੀਕਾ ਫਰੋਜ਼ਨ, ਅਤੇ ਤੁਸੀਂ ਉੱਦਾਂ ਫਰੈਸ਼ ਕਰੀਮ ਜ਼ਿਆਦਾ ਖਰਾਬ ਹੋ ਜਾਂਦਾ ਆ, ਜੇ ਧੋ ਕੇ ਤਾਂ ਫਰੀਜ਼ ਕਰ ਸਕਦੇ ਤਾਂ ਫਿਰ ਤੁਸੀਂ ਜ਼ਿਆਦਾ ਦੇਰ ਤੱਕ ਫਰੀਜ਼ ਕਰ ਸਕਦੇ। ਫਿਰ ਅਸੀਂ ਇਹਨੂੰ ਕੁੱਕ ਕਰੀ ਜਾਣਾ ਤਾਂ ਜਦੋਂ ਹੋਣ ਵਾਲਾ ਹੋਇਆ ਤੁਸੀਂ ਤਾਂ ਮਿਲੇ। ਗਾਇਜ਼, ਇਹ ਹੈਗੀ ਤਾਂ ਇੰਗਲਿਸ਼ ਸਟੇਸ਼ਨ, ਪਰ ਥੋੜ੍ਹੀ ਨਹੀਂ ਇਹਨਾਂ ਦੇਸੀ ਕੇਕ ਵਾਸਤੇ ਅਸੀਂ ਇਹ 'ਚ ਥੋੜ੍ਹਾ ਨਾ ਗਰਮ ਮਸਾਲਾ ਪਾ ਦਿੱਤਾ ਕਿਉਂਕਿ ਸਾਨੂੰ ਥੋੜ੍ਹਾ ਇੰਨਾ ਫਲੇਵਰਫੁੱਲ ਪਸੰਦ ਹੈ ਸਾਡੇ ਇੰਡੀਅਨ ਲੋਕਾਂ ਨੂੰ, ਸੋ ਥੋੜ੍ਹਾ ਇਹਨਾਂ ਦੇਸੀ ਸਟਾਈਲ ਵਾਸਤੇ। ਸੋ ਗਾਇਜ਼, ਸਾਡੀ ਮਸ਼ਰੂਮ ਗਾਰਲਿਕ ਦੀ ਡਿਸ਼ ਰੈਡੀ ਹੋ ਗਈ ਆ, ਹੁਣ ਇਹਨੂੰ ਅਸੀਂ 10 ਮਿੰਟ ਰੈਸਟ ਕਰਨ ਦੇਣਾ ਤਾਂ ਕਿ ਚੰਗੀ ਤਰ੍ਹਾਂ ਅੰਦਰੋਂ ਦੀ ਵੀ ਹੋ ਜਾਵੇ, ਤਾਂ ਫਿਰ ਅਸੀਂ ਤੁਹਾਨੂੰ ਫਾਈਨਲ ਪ੍ਰੋਡਕਟ ਦਿਖਾਉਂਦੇ ਹਾਂ। ਸੋ ਗਾਇਜ਼, ਸਾਡੀ ਗਾਰਲਿਕ ਮਸ਼ਰੂਮ ਦਾ ਸਟਾਰਟਰ ਹੋ ਗਿਆ ਰੈਡੀ, ਅਤੇ ਮੈਂ ਟੇਸਟ ਕਰਕੇ ਦੇਖਿਆ ਸੀ, ਬਹੁਤ ਵਧੀਆ ਟੇਸਟ ਹੈ, ਅਤੇ ਮੈਂ ਬਹੁਤ ਇੰਨਾ ਪਿੱਕੀ ਈਟਰ ਆ ਅਤੇ ਮੈਨੂੰ ਪਸੰਦ ਹੈ, ਸੋ ਮੈਂ ਗਾਰੰਟੀ ਦਿੰਦੀ ਹਾਂ ਕਿ ਤੁਹਾਨੂੰ ਵੀ ਪਸੰਦ ਆਊਗਾ, ਅਤੇ ਸ਼ਕਲ ਦੇਖ ਲਓ ਕਿੰਨੀ ਸੋਹਣੀ ਹੈ। ਆੜਾ ਸਾਈਡ 'ਤੇ ਤੇਲ ਹੈ, ਤੁਸੀਂ ਵਧੀਆ ਨਾ ਕਰੀ ਹੋਈ ਨਹੀਂ ਖਾਈਦਾ, ਅਤੇ ਇਹਨੂੰ ਤੁਸੀਂ ਇੰਨਾ ਸਾਈਡ 'ਤੇ ਕਰ ਸਕਦੇ ਹੋ, ਅਤੇ ਮੈਂ ਬਹੁਤ ਸਿੰਪਲ ਰੈਸਪੀ ਹੈ, ਤੁਸੀਂ ਜ਼ਰੂਰ ਟਰਾਈ ਕਰੀਓ, ਮੈਂ ਜ਼ਰੂਰ ਰੈਕਮੈਂਡ ਕਰੂੰਗੀ। ਅਤੇ ਅੱਜ ਦੀ ਵੀਡੀਓ ਮੈਂ ਇੱਥੇ ਐਂਡ ਕਰਦੀ ਹਾਂ, ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੋਇਆ ਸਬਸਕ੍ਰਾਈਬ ਕਰੀਓ, ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰੀਓ, ਅਤੇ ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੇ। ਥੈਂਕਸ ਫੋਰ ਵਾਚਿੰਗ, ਬਾਏ।